ਪਾਲ ਸਿੰਘ ਖਹਿਰਾ ਜੀ ਹੋਏ ਲਾਈਵ। ਆਓ ਦੋਸਤੋ, ਆਪਾਂ ਦੇਖਦੇ ਹਾਂ ਸਭ ਕੀ ਨੇ ਕਹਿ ਰਹੇ ਹੈ, ਦੇਖਿਆ ਕਿੰਨਾ ਕਿ ਮੁੱਦਿਆਂ ਤੇ ਪਿਛਲੇ ਦਿਨਾਂ ਚਰਚਾ ਵਿੱਚ ਕਰ ਜਿਹੜਾ ਰਹੇ ਹਾਂ। ਪੰਜਾਬ ਦਾ ਰਾਜਨੀਤਿਕ ਮਿਆਰ ਹੈ ਉਹ ਕਾਫੀ ਗਿਰਿਆ ਵਾ। ਪਰਸਨਲ ਅਟੈਕਸ ਇੱਕ ਦੂਜੇ ਦੇ ਉੱਤੇ, ਆਪੋਜੀਸ਼ਨ ਵੱਲੋਂ ਭਗਵੰਤ ਸਿੰਘ ਮਾਨ ਤੇ, ਫਿਰ ਭਗਵੰਤ ਮਾਨ ਦਾ ਕੱਲ ਜਵਾਬ ਦੇਣਾ। ਔਰ ਇਸ ਗੱਲ ਨਾਲ ਮੈਂ ਸਹਿਮਤ ਹਾਂ, ਚੀਫ ਮਿਨਿਸਟਰ ਨੇ ਕਿਹਾ ਕਿ ਪਰਸਨਲ ਅਟੈਕਸ ਦੀ ਬਜਾਏ, ਨਿੱਜੀ ਹਮਲਿਆਂ ਦੀ ਬਜਾਏ ਮੁੱਦਿਆਂ 'ਤੇ ਰਾਜਨੀਤੀ ਹੋਣੀ ਚਾਹੀਦੀ। ਹੁਣ ਅੱਜ ਤੁਹਾਡੇ ਸਨਮੁਖ ਮੈਂ ਦੋ ਮੁੱਦੇ ਰੱਖਣਾ ਚਾਹੁੰਦਾ ਔਰ ਭਗਵੰਤ ਸਿੰਘ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਇਹ ਤਾਂ ਮੁੱਦੇ ਮੰਨਦੇ ਆ ਨਾ ਤੁਸੀਂ, ਇੱਕ ਕਟਾਰੂ ਚੱਕ ਦਾ ਜੋ ਸਰੀਰਕ ਸ਼ੋਸ਼ਣ ਕੀਤਾ ਉਸਨੇ ਪਿਛਲੇ ਦਿਨਾਂ ਵਿੱਚ ਇੱਕ ਨੌਜਵਾਨ ਦਾ, ਔਰ ਉਹਦੇ ਪੁਖਤਾ ਵੀਡੀਓ ਸਬੂਤ ਗਵਰਨਰ ਨੇ ਵੈਰੀਫਾਈ ਕਰਕੇ ਪੰਜਾਬ ਸਰਕਾਰ ਨੂੰ ਭੇਜੇ ਹੋਏ ਨੇ। ਅਤੇ ਦੂਸਰਾ ਮੁੱਦਾ ਹੈਗਾ ਪੰਜਾਬ ਦੇ ਵਿੱਚ ਪ੍ਰੈਸ ਦੀ ਆਜ਼ਾਦੀ, ਜੋ ਪਿਛਲੇ ਦਿਨਾਂ 'ਚ ਬਰਜਿੰਦਰ ਸਿੰਘ ਹਮਦਰਦ ਔਰ ਉਹਨਾਂ ਦੇ ਅਦਾਰੇ ਅਜੀਤ 'ਤੇ ਜਿਸ ਢੰਗ ਨਾਲ ਵਿਜੀਲੈਂਸ ਦਾ ਹਮਲਾ ਕੀਤਾ ਗਿਆ, ਅਸੀਂ ਵਿਜੀਲੈਂਸ ਦੀ ਕਿਸੇ ਵੀ ਤਹਿਕੀਕਾਤ ਦੇ ਖਿਲਾਫ ਨੇਗੇ। ਪਰ ਫਿਰ ਦਿੱਲੀ ਚੀਕਾ ਮਤ ਮਾਰੋ ਜਦੋਂ ਮਨੀਸ਼ ਸਿਸੋਡੀਏ ਨੂੰ ਜਾਂ ਸਤਿੰਦਰ ਜੈਨ ਨੂੰ ਜਾਂ ਅਰਵਿੰਦ ਕੇਜਰੀਵਾਲ ਨੂੰ ਇਨਵੈਸਟੀਗੇਟ ਕਰਦੀ ਹੈ CBI ਬਹੁਤ ਵੱਡੇ ਸ਼ਰਾਬ ਘੁਟਾਲੇ 'ਚ ਸੈਂਕੜਾ ਕਰੋੜਾਂ ਦੇ, ਫਿਰ ਤੁਸੀਂ ਉੱਥੇ ਧਰਨੇ ਮਾਰਦੇ ਹੋ, ਸ਼ੋਰ ਮਚਾਉਂਦੇ। ਸੋ ਪਹਿਲਾਂ ਮੈਂ ਗੱਲ ਕਰਨਾ ਚਾਹੁੰਦਾ ਵਾਂ ਕਟਾਰੂ ਚੱਕ ਦੇ ਮੁੱਦੇ ਦੀ। ਤੁਹਾਨੂੰ ਸਭ ਨੂੰ ਯਾਦ ਹੋਵੇਗਾ ਕਿ ਮੈਂ 1 ਤਾਰੀਕ ਨੂੰ, 1 ਮਈ ਨੂੰ ਗਵਰਨਰ ਪੰਜਾਬ ਨੂੰ ਦੋ ਅਸ਼ਲੀਲ ਵੀਡੀਓਜ਼ ਲਾਲ ਚੰਦ ਕਟਾਰੂ ਚੱਕ ਦੀਆਂ ਉਹਨਾਂ ਨੂੰ ਸੌਂਪੀਆਂ, ਸੋਸ਼ਲ ਮੀਡੀਆ 'ਤੇ ਨਹੀਂ ਪਾਈਆਂ ਕਿਉਂਕਿ ਉਹਦੇ ਨਾਲ ਬੜਾ ਮਾੜਾ ਇਫੈਕਟ ਜਾਣਾ ਸੀਗਾ। ਗਵਰਨਰ ਪੰਜਾਬ ਨੇ ਉਹਨਾਂ ਦੀ ਤਸਦੀਕ ਕੀਤੀ, ਫੋਰੈਂਸਿਕ ਲੈਬ ਚੰਡੀਗੜ੍ਹ ਕੋਲੋਂ ਉਹਨਾਂ ਨੂੰ ਵੈਰੀਫਾਈ ਕਰਾਇਆ ਔਰ ਉਹਨਾਂ ਨੇ ਪਹਿਲੀ ਚਿੱਠੀ ਲਿਖ ਕੇ ਭੇਜ ਦਿੱਤੀ ਪਹਿਲੇ ਹਫ਼ਤੇ ਮਈ ਦੇ ਵਿੱਚ ਭਗਵੰਤ ਮਾਨ ਨੂੰ ਕਿ ਇਹਦੇ 'ਤੇ ਪ੍ਰੋਪਰ ਕਾਰਵਾਈ ਕੀਤੀ ਜਾਵੇ। ਉਸ ਚਿੱਠੀ ਦੇ ਉੱਤੇ SIT ਬਣਾ ਦਿੱਤੀ ਗਈ, ਇੱਕ ਸਪੈਸ਼ਲ ਇਨਵੈਸਟੀਗੇਟਿੰਗ ਟੀਮ 3 ਮੈਂਬਰਸ ਦੀ। ਲੇਕਿਨ ਮੈਂ ਪੁੱਛਣਾ ਚਾਹੁੰਦਾ ਭਗਵੰਤ ਸਿੰਘ ਮਾਨ ਹੋਣਾ ਨੂੰ ਕਿ ਪਿਛਲੇ 45-50 ਦਿਨ ਤੋਂ ਅੱਜ ਤੱਕ SIT ਨੇ ਮਿਨਿਸਟਰ ਨੂੰ ਬੁਲਾਇਆ ਤੱਕ ਨਹੀਂ ਗਾ। ਬੇਸਿਕ ਲਾਅ ਹੈਗਾ ਕਿ ਜਦੋਂ ਵੀ ਕੋਈ ਪੁਲਿਸ ਕੋਲ ਸ਼ਿਕਾਇਤ ਜਾਂਦੀ ਹੈ ਉਹਨੇ ਪਹਿਲਾਂ ਐਕਿਊਜ਼ ਨੂੰ ਲੱਭਣਾ, ਉਸ ਨੂੰ ਉਹਦੀ ਬਿਆਨ ਰਿਕਾਰਡ ਕਰਨੀ, ਉਹਦੀ ਇਨਵੈਸਟੀਗੇਸ਼ਨ ਕਰਨੀ, ਉਸ ਦੀ ਇੰਟਰੋਗੇਸ਼ਨ ਕਰਨੀ। ਲੇਕਿਨ ਅੱਜ ਤੱਕ SIT ਨੇ ਨਾ ਕਟਾਰੂ ਚੱਕ ਨੂੰ ਬੁਲਾਇਆ, ਨਾ ਉਹਨੂੰ ਵੀਡੀਓਜ਼ ਕਨਫਰੰਟ ਕੀਤੀਆਂ ਕਿ ਇਹ ਵੀਡੀਓਜ਼ ਤੇਰੀਆਂ ਹਨ ਕਿ ਨਹੀਂ ਹਨ। ਬਸ ਇਹੀ ਕਹੀ ਜਾਂਦੇ ਕਿ ਉਹਦਾ ਨਿੱਜੀ ਮਾਮਲਾ ਹੈ ਜੀ। ਇਹ ਨਿੱਜੀ ਮਾਮਲਾ ਨਹੀਂ ਗਾ ਮਾਨ ਸਾਹਿਬ, ਇਹ ਕਟਾਰੂ ਚੱਕ ਦਾ ਇੱਕ ਆਪਣਾ ਪਰਿਵਾਰ ਹੈ ਆਲਰੇਡੀ, ਔਰ ਉਹ ਇੱਕ ਪਬਲਿਕ ਲਾਈਫ ਵਿੱਚ ਆ, ਉਹਦਾ ਕੋਈ ਵੀ ਕੰਡਕਟ ਜਿਹੜਾ ਉਹਦਾ ਬਹੁਤ ਵੱਡਾ ਇੰਪੈਕਟ ਪੈਂਦਾ ਆਪਣੇ ਨੌਜਵਾਨਾਂ 'ਤੇ, ਪੰਜਾਬ ਦੇ ਲੋਕਾਂ 'ਤੇ, ਆਮ ਜਨਤਾ 'ਤੇ। ਔਰ ਸੇਮ ਸੈਕਸ ਮੈਰਿਜ ਅੱਜ ਤੱਕ ਸੁਪਰੀਮ ਕੋਰਟ ਵਿੱਚ ਉਹਦਾ ਚੱਲ ਰਹੀ ਬਹਿਸ ਚੱਲ ਰਹੀ, ਲੇਕਿਨ ਅੱਜ ਤੱਕ ਗੈਰ ਕਾਨੂੰਨੀ ਆ। ਹੁਣ ਤੱਕ ਅੱਜ ਜਿੱਥੇ ਆਪਾਂ ਗੱਲ ਕਰ ਰਹੇ ਹਾਂ ਗੈਰ ਕਾਨੂੰਨੀ ਆ, ਸੇਮ ਸੈਕਸ ਮੈਰਿਜ ਗੈਰ ਕਾਨੂੰਨੀ। ਲੇਕਿਨ ਕਟਾਰੂ ਚੱਕ ਨੇ ਇੱਕ ਨੌਜਵਾਨ ਨੂੰ ਸੋਡਮਾਈਜ਼ ਕੀਤਾ, ਉਹਦੇ ਨਾਲ ਭੈੜੀ ਅਸ਼ਲੀਲ ਬਦਫੈਲੀ ਕੀਤੀ। ਉਸ ਨੌਜਵਾਨ ਨੇ ਪਹਿਲਾਂ ਜਾ ਕੇ SC ਕਮਿਸ਼ਨ ਦਾ ਦਰਵਾਜ਼ਾ ਖੜਕਾਇਆ ਦਿੱਲੀ। SC ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਨੋਟਿਸ ਦਿੱਤਾ, ਕੋਈ ਕਾਰਵਾਈ ਨਹੀਂ। ਫਿਰ ਉਸ ਨੌਜਵਾਨ ਨੇ, ਸ਼ਾਇਦ ਉਹਦਾ ਨਾਂ ਕੇਸ਼ਵ ਆ, ਉਸਨੇ ਫਿਰ SIT ਨੂੰ ਚਿੱਠੀ ਲਿਖੀ ਕਿ ਤੁਸੀਂ ਮੇਰੇ ਬਿਆਨ ਦਰਜ ਕਰ ਸਕਦੇ ਹੋ, ਮੈਂ ਵੀਡੀਓ ਕਾਨਫਰੰਸਿੰਗ 'ਤੇ ਅਵੇਲੇਬਲ ਹਾਂ, ਮੇਰੀ ਜਾਨ ਨੂੰ ਖਤਰਾ ਵਾ, ਕੋਈ ਕਾਰਵਾਈ ਨਹੀਂ। ਹੁਣ SC ਕਮਿਸ਼ਨ ਨੇ 3 ਨੋਟਿਸ ਭੇਜੇ ਨੇ ਕਿ ਸਾਨੂੰ ਦੱਸਿਆ ਜਾਵੇ ਤੁਹਾਡੀ ਐਕਸ਼ਨ ਟੇਕਨ ਰਿਪੋਰਟ ਕੀ, ATR, ਕੋਈ ਐਕਸ਼ਨ ਨਹੀਂ। ਪੰਜਾਬ ਦੇ ਗਵਰਨਰ ਨੇ 3 ਚਿੱਠੀਆਂ ਲਿਖਤੀਆਂ ਪੰਜਾਬ ਦੇ ਚੀਫ ਮਿਨਿਸਟਰ ਨੂੰ ਕਿ ਕਟਾਰੂ ਚੱਕ ਨੂੰ ਡਿਸਮਿਸ ਕੀਤਾ ਜਾਵੇ, ਉਹਦੇ ਖਿਲਾਫ਼ ਕਾਰਵਾਈ ਕੀਤੀ, ਕੋਈ ਐਕਸ਼ਨ ਨਹੀਂ ਗਾ। ਕੀ ਇਹ ਆਮ ਜਨਤਾ ਦਾ ਅਤੇ ਪੰਜਾਬ ਦਾ ਮੁੱਦਾ ਨਹੀਂ ਗਾ? ਕੀ ਇਹਦਾ ਮਤਲਬ ਕਿ ਜਿਹੜੇ ਤਾਕਤਵਰ ਲੋਕ ਨੇ ਉਹ ਆਪਣੀ ਸ਼ਕਤੀ ਦਾ ਦੁਰਇਸਤੇਮਾਲ ਕਰਕੇ ਕੋਈ ਵੀ ਕਾਰਵਾਈ ਕਰ ਸਕਦੇ? ਔਰ ਮੇਰੀ ਤਾਂ ਜਾਣਕਾਰੀ ਮੁਤਾਬਕ ਜਿਹੜਾ ਉਹ ਨੌਜਵਾਨ ਹੈਗਾ ਉਹ ਪਿਛਲੇ ਕਾਫੀ ਦਿਨਾਂ ਤੋਂ ਸਰਕਾਰ ਦੇ ਕੋਲ ਆ ਔਰ ਉਹ ਪੰਜਾਬ ਦੇ ਵਿੱਚ ਆ, ਉਹ ਪੋਸੀਬਲੀ SIT ਦੀ ਕਸਟਡੀ 'ਚ ਆ। ਉਹਨੂੰ ਪ੍ਰੈਸ਼ਰਾਈਜ਼ ਕਰਕੇ ਗਲਤ ਮਲਤ ਬਿਆਨ ਦਵਾਉਣਾ ਚਾਹੁੰਦੇ ਅਤੇ ਮੰਤਰੀ ਨੂੰ ਕਲੀਨ ਚਿੱਟ ਦਵਾਉਣਾ ਚਾਹੁੰਦੇ ਨੇ। ਸੋ ਮਾਨ ਸਾਹਿਬ, ਇਹ ਤਾਂ ਕਿਸੇ ਇਹ ਤਾਂ ਕੋਈ ਨਿੱਜੀ ਹਮਲਾ ਨਹੀਂ ਗਾ, ਇਹ ਤਾਂ ਇੱਕ ਮਿਨਿਸਟਰ ਦੇ ਸੈਕਸ਼ੁਅਲ ਮਿਸਕੰਡਕਟ ਦਾ ਇੱਕ ਬਹੁਤ ਵੱਡਾ ਪਬਲਿਕ ਇਸ਼ੂ ਆ। ਆਈ ਹੋਪ ਕਿ ਤੁਸੀਂ ਆਉਣ ਵਾਲੇ ਦਿਨਾਂ 'ਚ ਇਹਦੇ 'ਤੇ ਕਾਰਵਾਈ ਕਰੋ। ਹੁਣ ਆਪਾਂ ਗੱਲ ਕਰਦੇ ਹਾਂ ਪ੍ਰੈਸ ਦੀ ਆਜ਼ਾਦੀ 'ਤੇ। ਇਹ ਗੱਲ ਕਹਿਣ ਦੀ ਲੋੜ ਨਹੀਂ ਕਿ ਸਾਰੀ ਪੰਜਾਬ ਦੇ ਮੀਡੀਆ ਨੂੰ ਇਸ ਵਕਤ ਹਾਈਜੈਕ ਕੀਤਾ ਹੋਇਆ ਆਮ ਆਦਮੀ ਪਾਰਟੀ ਸਰਕਾਰ ਨੇ। ਦੋ ਤਰੀਕੇ ਨੇ, ਉਹ ਕਹਿੰਦੇ ਨੇ ਕੈਰਟ ਐਂਡ ਸਟਿਕ ਪੋਲਿਸੀ, ਬਹੁਤਿਆਂ ਨੂੰ ਲਾਲਚ ਨਾਲ ਖਰੀਦ ਲਿਆ, ਵੱਡੇ 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 ਐਡਸ ਆ, ਤੁਸੀਂ ਦੇਖੋਗੇ ਅਖਬਾਰਾਂ ਵਿੱਚ ਦੋ ਦੋ ਸਫ਼ੇ ਦੇ ਅਸਲ ਇਸ਼ਤਿਹਾਰ ਹੁੰਦੇ ਨੇ, ਲੇਕਿਨ ਆਪਾਂ ਨੂੰ ਪੜ੍ਹਨ ਵਾਲੇ ਨੂੰ ਲੱਗਦਾ ਕਿ ਜਿੱਦਾਂ ਖਬਰਾਂ ਪੜ੍ਹ ਰਹੇ ਹਾਂ ਆਪਾਂ। ਇਹ ਸਾਰੀ ਪੇਡ ਐਡਵਰਟਾਈਜ਼ਮੈਂਟ ਹੈਗੀ ਆ ਇਲੈਕਟ੍ਰੋਨਿਕ ਮੀਡੀਆ ਨੂੰ। ਤੁਸੀਂ ਦੇਖੋਗੇ ਓਪੋਜੀਸ਼ਨ ਦਾ ਕੋਈ ਚਿਹਰਾ ਨਹੀਂ ਦਿਖਾਇਆ ਜਾ ਰਿਹਾ ਇਸਟੈਬਲਿਸ਼ਡ ਪ੍ਰਿੰਟ ਔਰ ਇਲੈਕਟ੍ਰੋਨਿਕ ਮੀਡੀਆ 'ਤੇ। ਕੁਝ ਵੈਬ ਚੈਨਲਸ ਨੇ ਜਿਹੜੇ ਸਰਕਾਰ ਨਾਲ ਲੜਦੇ ਨੇ, ਜਿਨ੍ਹਾਂ 'ਤੇ ਕਾਰਵਾਈ ਹੁੰਦੀ, ਔਰ ਜਿਹੜੇ ਨਹੀਂ ਮੰਨਦੇ ਉਹਨਾਂ ਦੀ ਗੱਲ, ਉਹਨਾਂ 'ਤੇ ਫਿਰ ਪਰਚੇ ਦਰਜ ਹੋਣ। ਬਹੁਤ ਸਾਰੇ ਛੋਟੇ ਵੈਬ ਚੈਨਲਸ ਜਿਹੜੇ ਸੀਗੇ, ਅਨਮਿਊਟ ਔਰ ਅਕਾਲ TV, ਬਹੁਤ ਸਾਰੇ ਵੈਬ ਚੈਨਲਸ ਜਿਹੜੇ ਸੀਗੇ ਉਹ ਸਰਕਾਰ ਨੇ ਧੱਕੇ ਨਾਲ ਬੰਦ ਕਰਵਾ ਦਿੱਤੇ ਸੀਗੇ। ਬਹੁਤ ਸਾਰੇ ਟਵਿੱਟਰ ਹੈਂਡਲਸ ਜਿਹੜੇ ਸਸਪੈਂਡ ਕਰਾ ਦਿੱਤੇ ਸੀ, ਜਿਹੜੇ ਵੀ ਸਰਕਾਰ ਦਾ ਵਿਰੋਧ ਕਰਦੇ ਆ। ਇਹਦਾ ਮਤਲਬ ਹੈ ਕਿ ਜੋ ਕੇਜਰੀਵਾਲ ਸਾਹਿਬ ਮੋਦੀ 'ਤੇ ਇਲਜ਼ਾਮ ਲਾਉਂਦੇ ਕਿ ਉੱਥੇ ਜੀ ਇਹਨੇ ਗੋਦੀ ਮੀਡੀਆ ਬਣਾ ਦਿੱਤਾ ਵਾ,
ਬਿਲਕੁਲ ਇਨ ਬਿਨ ਉਹੀ ਪਾਲਿਸੀ ਆਮ ਆਦਮੀ ਪਾਰਟੀ ਭਗਵੰਤ ਸਿੰਘ ਮਾਨ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਿੱਚ ਮੀਡੀਆ ਦੇ ਉੱਤੇ ਅਪਲਾਈ ਕੀਤੀ ਹੋਈ ਆ। ਹੁਣ ਆ ਗਈ ਆਪਾਂ ਗੱਲ ਕਰਦੇ ਬਰਜਿੰਦਰ ਸਿੰਘ ਹਮਦਰਦ ਦੀ। ਹਮਦਰਦ ਇੱਕ ਰੀਨੋਨਡ ਪੰਜਾਬੀ ਵਿਸ਼ਵ ਪ੍ਰਸਿੱਧ ਡੇਲੀ ਹੈ। ਤੁਸੀਂ ਕਹਿੰਦੇ ਜੀ ਅਸੀਂ ਜੰਗੇ ਆਜ਼ਾਦੀ ਦਾ ਤਹਿਕੀਕਾਤ ਕਰਨੀ ਵਿਜੀਲੈਂਸ, ਤਾਂ ਤੁਸੀਂ ਨੋਟਿਸ ਭੇਜ ਰਹੇ ਹੋ। ਪਰ ਯਾਦ ਰਹੇ ਕਿ ਉਹਨਾਂ ਦੀਆਂ ਐਡਸ ਕਈ ਮਹੀਨੇ ਪਹਿਲਾਂ ਤੁਸੀਂ ਬੰਦ ਕੀਤੀਆਂ, ਕਿਉਂਕਿ ਪੋਸੀਬਲੀ ਅਜੀਤ ਤੁਸੀਂ ਜਿੱਦਾਂ ਅਜੀਤ ਨੂੰ ਚਲਾਉਣਾ ਚਾਹੁੰਦੇ ਸੀਗੇ, ਅਜੀਤ ਉਸ ਤਰ੍ਹਾਂ ਚੱਲਣਾ ਨਹੀਂ ਚਾਹੁੰਦੀ, ਉਹ ਤੁਹਾਡੀ ਗੱਲ ਮੰਨਣਾ ਨਹੀਂ ਚਾਹੁੰਦੀ ਸੀ, ਉਹ ਆਪਣੀ ਗੱਲ ਇਨਸਾਫ ਪਸੰਦੀ ਨਾਲ ਰੱਖਣਾ ਚਾਹੁੰਦੀ ਸੀ। ਫਿਰ ਤੁਸੀਂ ਉਹਦੇ 'ਤੇ ਪਲੈਂਡ ਤਰੀਕੇ ਦੇ ਨਾਲ ਇੱਕ ਵਿਜੀਲੈਂਸ ਦੇ ਜਾਂਚ ਦੇ ਹੁਕਮ ਦਿੱਤੇ ਆ। ਔਰ ਜਿੱਦਾਂ ਮੈਂ ਸ਼ੁਰੂ 'ਚ ਕਿਹਾ ਸੀਗਾ ਕਿ ਪੰਜਾਬ ਦੇ ਵਿੱਚ ਤੁਹਾਡੀ ਵਿਜੀਲੈਂਸ ਜਾਂਚ ਕਰੇ ਅਤੇ ਇਹ ਭ੍ਰਿਸ਼ਟਾਚਾਰ ਨਾਲ ਜੁੜੀਆਂ ਖਬਰਾਂ ਬਣਾ ਦਿੰਦੇ ਹੋ ਕਿ ਭ੍ਰਿਸ਼ਟਾਚਾਰ ਦੇ ਖਿਲਾਫ਼ ਕਾਰਵਾਈ ਕੀਤੀ। ਜੇ ਇਹੀ ਕਾਰਵਾਈ CBI ਜਾਂ ED ਦਿੱਲੀ ਤੁਹਾਡੇ ਮਿਨਿਸਟਰਸ ਦੇ ਖਿਲਾਫ਼ ਕਰਦੀ ਆ, ਸਤਿੰਦਰ ਜੈਨ ਪਿਛਲੇ ਸਾਲ ਸਵਾ ਸਾਲ ਦਾ ਜੇਲ੍ਹ ਸੀਗਾ, ਔਰ ਮਨੀਸ਼ ਸਿਸੋਡੀਆ ਨੂੰ ਹਾਈ ਕੋਰਟ ਨੇ ਜ਼ਮਾਨਤ ਉਹਦੀ ਰਿਜੈਕਟ ਕੀਤੀ ਆ। ਅਕਸਰ ਕੁਛ ਤਾਂ ਸਬੂਤ ਹੋਣਗੇ ਅਦਾਲਤ ਦੇ ਸਾਹਮਣੇ CBI ਨੇ ਰੱਖੇ, ਜਿਹੜੇ ਸੈਂਕੜੇ ਕਰੋੜ ਦਾ ਸ਼ਰਾਬ ਦਾ ਘੁਟਾਲਾ। ਫਿਰ ਜਦੋਂ ਉੱਥੇ CBI ਤੁਹਾਨੂੰ ਇਨਵੈਸਟੀਗੇਟ ਕਰਦੀ, ਤੁਸੀਂ ਕਹਿੰਦੇ ਜੀ ਬਹੁਤ ਵੱਡੀ ਵਿੰਡੇਟਾ ਹੋ ਰਿਹਾ ਵਾ, ਬਦਲਾਖੋਰੀ ਹੋ ਰਹੀ, ਉੱਥੇ ਤੁਸੀਂ ਧਰਨੇ ਲਾਉਂਦੇ ਹੋ ਦਿੱਲੀ ਜਾ ਕੇ ਸਾਰਾ ਸਾਰਾ ਦਿਨ ਧੁੱਪੇ ਬੈਠ ਕੇ ਬਾਹਰਲੇ ਪਾਸੇ, ਅਤੇ ਪੰਜਾਬ ਦੇ ਵਿੱਚ ਉਸੇ ਵਿਜੀਲੈਂਸ ਦੇ ਰਾਹੀਂ ਤੁਸੀਂ ਆਪਣੇ ਵਿਰੋਧੀਆਂ ਅਤੇ ਜਿਹੜਾ ਮੀਡੀਆ ਤੁਹਾਡੇ ਆਖੇ ਨਹੀਂ ਲੱਗਦਾ ਤੁਸੀਂ ਉੱਥੇ ਪਛੜ। ਆ ਤੁਹਾਡੇ ਸਾਹਮਣੇ ਮੈਂ ਜਿੰਦੀ ਜਾਗਦੀ ਮਿਸਾਲ ਹਾਂ, ਮੇਰੇ 'ਤੇ ਪਿਛਲੇ ਦਿਨਾਂ ਵਿੱਚ 2 ਮਨ ਘੜਤ ਝੂਠੀਆਂ ਬੇਬੁਨਿਆਦ FIRs ਦਰਜ ਕੀਤੀਆਂ। ਇੱਕ ਜਿੱਦਣ ਮੈਂ ਗਵਰਨਰ ਨੂੰ ਮਿਲਣਾ 1 ਤਰੀਕ ਨੂੰ, 2 ਤਰੀਕ ਨੂੰ ਇੱਕ ਪੁਰਾਣੀ FIR ਮੇਰੇ ਖਿਲਾਫ਼, ਇੱਕ ਬਿਲਕੁਲ ਬੋਗਸ, ਉਹਦੇ 'ਚ SDM ਭਲੱਥ ਨੂੰ ਦਬਾਅ ਪਾ ਕੇ ਉਹਦੇ 'ਚ ਇੱਕ ਨੋਨ ਅਵੇਲੇਬਲ ਸੈਕਸ਼ਨ ਜੋੜ ਦਿੰਦੇ ਨੇ ਤਾਂ ਕਿ ਮੈਨੂੰ ਅਰੈਸਟ ਕੀਤਾ ਜਾ ਸਕੇ। ਜਦੋਂ ਮੈਨੂੰ ਉਹਦੇ 'ਚ ਜ਼ਮਾਨਤ ਮਿਲਦੀ ਆ 11 ਤਰੀਕ ਨੂੰ 12 ਨੂੰ, ਮੈਨੂੰ ਪਤਾ ਲੱਗਦਾ ਕਿ 11 ਰਾਤ ਨੂੰ ਇੱਕ ਹੋਰ FIR 51 ਸਾਲ ਪੁਰਾਣਾ ਮੇਰਾ ਰੈਵਨਿਊ ਰਿਕਾਰਡ ਕੱਢ ਕੇ, ਮੇਰੇ ਪਰਿਵਾਰ ਦਾ 51 ਈਅਰਸ ਓਲਡ 1972 ਦਾ, ਔਰ ਸ਼ਿਕਾਇਤਕਰਤਾ ਕੌਣ ਹੈ ਜਿਹਨਾਂ ਦੀ ਇੱਥੇ 2 ਵਾਰੀ ਜ਼ਮਾਨਤਾਂ ਜ਼ਬਤ ਹੋਈਆਂ, ਮਤਲਬ ਜਿਹਨਾਂ ਦੇ ਨਾਲ ਮੇਰਾ ਕੋਈ ਜ਼ਮੀਨ ਦਾ ਤਬਾਦਲਾ ਹੋਇਆ, ਉਹ ਨਹੀਂ ਆ ਰਹੇ ਸ਼ਿਕਾਇਤ ਕਰਨ ਵਾਸਤੇ, ਸ਼ਿਕਾਇਤਕਰਤਾ ਆ ਰਿਹਾ ਜਿਹੜਾ ਪ੍ਰੋਫੈਸ਼ਨਲ ਨੋਨ ਮੇਰਾ ਪੋਲੀਟੀਕਲ ਓਪੋਨੈਂਟ ਹੈ। ਅਤੇ ਮੇਰੇ 2 ਪਰਚੇ ਦਰਜ, ਉਹਦੇ ਵਿੱਚ ਵੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਕੋਰਟ ਨੇ ਮੈਨੂੰ ਰਾਹਤ ਦੇ ਦਿੱਤੀ। ਸੋ ਮਾਨ ਸਾਹਿਬ, ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਠੀਕ ਹੈ ਤੁਸੀਂ ਕਹਿੰਦੇ ਹੋ ਕਿ ਨਿੱਜੀ ਹਮਲੇ ਨਹੀਂ ਹੋਣੇ ਚਾਹੀਦੇ, ਅੰਡਰਸਟੁੱਡ, ਔਰ ਮੈਂ ਆਪਣੀ ਪਾਰਟੀ ਤੋਂ ਉਮੀਦ ਕਰੂੰਗਾ ਕਿ ਆਪਾਂ ਇਸ ਤਰ੍ਹਾਂ ਦੀ ਗੱਲ ਤੋਂ ਗੁਰੇਜ਼ ਕਰੀਏ। ਪਰੰਤੂ ਜਿਹੜੇ ਪਬਲਿਕ ਡੋਮੇਨ ਵਿੱਚ ਲੋਕਾਂ ਦੇ ਮੁੱਦੇ ਭਟਕ ਰਹੇ ਨੇ, ਉਹਨਾਂ 'ਤੇ ਤਾਂ ਤੁਹਾਡਾ ਜਵਾਬ ਬਣਦਾ ਨਾ। ਤੁਸੀਂ ਪਿਛਲੇ ਕਟਾਰੂ ਚੱਕ ਦਾ ਪਿਛਲੇ 50 ਦਿਨ ਦਾ ਜਵਾਬ ਹੀ ਨਹੀਂ ਦੇ ਰਹੇ, ਕਿਤੇ ਜਵਾਬ ਮੰਗਿਆ ਵੀ ਤਾਂ ਤੁਸੀਂ ਕਹਿਤਾ ਜੀ ਮੈਂ ਤਾਂ ਹਲੇ ਵੀਡੀਓ ਦੇਖੀ ਨਹੀਂ ਗੀ, ਫਿਰ ਤੁਸੀਂ ਨਾਲ ਕਹਿਤਾ ਉਹਦੀ ਨਿੱਜੀ ਲਾਈਫ ਹੈ ਜੀ, ਇਹ ਨਿੱਜੀ ਲਾਈਫ ਨਹੀਂ ਗੀ ਉਹਦੀ, ਤੁਹਾਡੀ ਨਿੱਜੀ ਲਾਈਫ ਹੋ ਸਕਦੀ ਆ। ਤੁਸੀਂ ਇੱਕ ਆਫਟਰਆਲ ਤੁਹਾਡਾ ਇੱਕ ਪਹਿਲਾਂ ਰਿਸ਼ਤਾ ਜਿਹੜਾ ਹੈਗਾ ਉਹ ਕਾਨੂੰਨੀ ਤੌਰ 'ਤੇ ਖਤਮ ਹੋਇਆ, ਡਿਵੋਰਸ ਹੋਇਆ, ਤੁਸੀਂ ਆਪਣੀ ਉਹ ਸ਼ਾਦੀ ਦੂਸਰੀ ਕਰਾ ਲਈ, ਨੋ ਓਬਜੈਕਸ਼ਨ ਐਟ ਆਲ। ਲੇਕਿਨ ਕਟਾਰੂ ਚੱਕ ਦਾ ਪਰਿਵਾਰ ਹਲੇ ਜਿੰਦਾ ਜਾਗਦਾ ਵਾ, ਔਰ ਉਹ ਇੱਕ ਮੁੰਡੇ ਨਾਲ ਬਦਫੈਲੀ ਕਰ ਰਿਹਾ, ਇਜ਼ਨ ਦਿਸ ਇਹ ਇਸ਼ੂ ਕਨੈਕਟਡ ਵਿਦ ਦ ਪੀਪਲ ਆਫ ਪੰਜਾਬ। ਔਰ ਦੂਸਰਾ ਮੈਂ ਜਿਹੜਾ ਕਿਹਾ ਵਾ ਕਿ ਪ੍ਰੈਸ ਦੀ ਆਜ਼ਾਦੀ, ਤੁਸੀਂ ਸਾਰੇ ਦੇਸ਼ ਵਿੱਚ ਘੁੰਮ ਰਹੇ ਹੋ ਇਸ ਵੇਲੇ, ਚੀਫ ਮਿਨਿਸਟਰ ਸਾਹਿਬ ਕੇਜਰੀਵਾਲ ਸਾਹਿਬ ਨੂੰ ਨਾਲ ਲੈ ਕੇ ਮਾਨ ਸਾਹਿਬ ਨੂੰ ਤਾਂ ਲਿਜਾਇਆ ਜਾਂਦਾ ਕਿਉਂਕਿ ਇਹਦੇ ਜਹਾਜ਼ ਦੀ ਵਰਤੋਂ ਕਰਨੀ, ਅਦਰਵਾਈਜ਼ ਇਹਨਾਂ ਨੂੰ ਲਿਜਾਣ ਦੀ ਲੋੜ ਨਹੀਂ ਸੀ, ਕਿਉਂਕਿ ਪੰਜਾਬ ਸਰਕਾਰ ਦਾ ਜਹਾਜ਼ ਆ, ਉਹ ਕਦੀ ਤਾਮਿਲਨਾਡੂ ਜਾ ਰਿਹਾ, ਕਦੀ ਮਹਾਰਾਸ਼ਟਰ ਜਾ ਰਿਹਾ, ਕੱਲ੍ਹ ਉਹ ਲਖਨਊ ਗਏ ਹੋਏ ਸੀਗੇ, ਜਾਓ ਜੀ ਸਦਕੇ। ਪਰ ਉੱਥੇ ਤੁਸੀਂ ਕੀ ਕਹਿੰਦੇ ਜਾ ਕੇ ਕਿ ਸਾਡੇ ਨਾਲ ਇੱਕ ਅਨਡੈਮੋਕ੍ਰੈਟਿਕ ਅਨਕੋਨਸਟੀਟਿਊਸ਼ਨਲ ਐਕਸ਼ਨ ਕਰ ਰਹੀ BJP, ਸਾਡੇ ਖਿਲਾਫ਼ ਇੱਕ ਆਰਡੀਨੈਂਸ ਪਾਸ ਕਰਤਾ, ਦਿੱਲੀ ਦੇ ਸਰਕਾਰ ਦੇ ਪਰ ਕੱਟ ਦਿੱਤੇ ਨੇ। ਪਰ ਤੁਸੀਂ ਇਹ ਦੱਸੋ ਮੈਨੂੰ ਕਿ ਤੁਸੀਂ ਕੀ BJP ਦੀ, ਜਦੋਂ ਜੰਮੂ ਕਸ਼ਮੀਰ ਦੇ 3 ਟੋਟੇ ਕੀਤੇ ਗਏ, ਤੁਸੀਂ BJP ਨੂੰ ਵੋਟਾਂ ਪਾਈਆਂ ਕਿ ਨਹੀਂ ਪਾਈਆਂ ਸੀ? ਔਰ ਜੋ ਤੁਸੀਂ ਅਨਕੋਨਸਟੀਟਿਊਸ਼ਨਲ ਮੈਥਡਸ BJP ਦੇ ਅਲੈਜ ਕਰ ਰਹੇ ਹੋ, ਬਿਲਕੁਲ ਉਹਨਾਂ ਨੂੰ ਤੁਸੀਂ ਪੰਜਾਬ ਦੇ ਵਿੱਚ ਰੈਪਲੀਕੇਟ ਕਰ ਰਹੇ ਹੋ। ਮਤਲਬ ਪ੍ਰੈਸ ਨੂੰ ਹਾਈਜੈਕ ਕਰ ਲਿਆ, ਓਪੋਜੀਸ਼ਨ ਨੂੰ ਦਬਾ ਕੇ ਦੇ ਤੇਰੇ ਪਰਚੇ 'ਤੇ ਪਰਚੇ ਦਰਜ ਕਰ ਦਿੱਤੇ। ਕੀ ਇਹ ਗੈਰ ਕਾਨੂੰਨੀ ਗੱਲਾਂ ਨਹੀਂ ਹਨ ਕਿ ਮੇਰੇ ਖਿਲਾਫ਼ ਬਣਦੇ ਜਿਹੜੇ 2 ਪਰਚੇ, ਅਗਰ ਉਹਨਾਂ ਨੂੰ ਕੋਈ ਵੀ ਨਿਰਪੱਖ ਜਾਂਚ ਹੋਵੇਗੀ ਤਾਂ ਤੁਸੀਂ ਝੂਠੇ ਪਾਏ ਜਾਓਗੇ? ਪਿੱਛੇ ਤੁਸੀਂ ਟੰਗਦੇ ਹੋ ਫੋਟੋਆਂ ਬਾਬਾ ਸਾਹਿਬ ਅੰਬੇਦਕਰ ਦੀਆਂ, ਜਿਨ੍ਹਾਂ ਨੇ ਸੰਵਿਧਾਨ ਬਣਾਇਆ ਸੀਗਾ, ਪਰ ਸੰਵਿਧਾਨ ਦੇ ਵਿੱਚ ਕਿਤੇ ਬਾਬਾ ਸਾਹਿਬ ਅੰਬੇਦਕਰ ਨੇ NSA ਲਾਈ ਸੀਗੀ? ਤੁਸੀਂ ਸਾਡੇ ਨੌਜਵਾਨਾਂ ਨੂੰ ਪੰਜਾਬ 'ਚੋਂ ਚੱਕ ਕੇ ਅਸਾਮ ਦੀਆਂ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ? ਕੀ ਇਹ ਗੈਰ ਕਾਨੂੰਨੀ ਨਹੀਂ ਹੈ? ਕੀ ਉਸੇ ਕੌਨਸਟੀਟਿਊਸ਼ਨ ਦਾ ਦੁਰਉਪਯੋਗ ਨਹੀਂਗਾ? ਸੋ ਜੋ ਗੱਲਾਂ ਤੁਸੀਂ BJP ਨੂੰ ਇਲਜ਼ਾਮ ਸੈਂਟਰ 'ਚ ਲਾਉਂਦੇ ਹੋ ਕਿ BJP ਸਾਡੇ ਨਾਲ ਜ਼ਿਆਦਤੀ ਕਰ ਰਹੀ ਆ, ਸਾਡੇ ਨਾਲ ਗੈਰ ਸੰਵਿਧਾਨਕ ਐਕਸ਼ਨ ਕਰ ਰਹੀ ਆ, ਬਿਲਕੁਲ ਉਹੀ ਗੱਲਾਂ ਤੁਸੀਂ ਆਪਣੇ ਲੋਕਾਂ ਦੇ ਨਾਲ ਪੰਜਾਬ ਦੇ ਵਿੱਚ ਕਰ ਰਹੇ ਹੋ, ਵਿਰੋਧੀ ਧਿਰ ਦੇ ਨਾਲ ਕਰ ਰਹੇ ਹੋ, ਔਰ ਮੀਡੀਆ ਨਾਲ ਕਰ ਰਹੇ। ਸੋ ਇਹ ਮੇਰੀਆਂ ਗੱਲਾਂ ਅੱਜ ਦੀਆਂ ਸਨ, ਜਿਹੜੀ ਕਿ ਤੁਹਾਡੇ ਸਨਮੁੱਖ ਰੱਖੀਆਂ। ਮੈਂ ਉਮੀਦ ਕਰਦਾ ਬੜੀ ਫੇਅਰ ਜੀ ਗੱਲ ਕੀਤੀ ਹੈ, ਔਰ ਮੈਂ ਫਿਰ ਕਹਿਣਾ ਚਾਹੁੰਦਾ ਆਪਣੀ ਪਾਰਟੀ ਨੂੰ ਕਿ ਪਰਸਨਲ ਅਟੈਕਸ ਨਾਲ ਲੈਟਸ ਕਮ ਟੂ ਪਬਲਿਕ ਡੋਮੇਨ। ਮੈਂ ਤਾਂ ਬਲਕਿ ਆਪਣੀ ਪਾਰਟੀ ਤੋਂ ਉਮੀਦ ਕਰਦਾ ਵਾਂ ਕਿ ਕਟਾਰੂ ਚੱਕ ਦੇ ਮਸਲੇ ਨੂੰ ਬੜੇ ਜ਼ੋਰ ਸ਼ੋਰ ਨਾਲ ਚੱਕਣਗੇ। ਆਪਾਂ ਚੁੱਪ ਕਿਉਂ ਕਾਹਦੇ ਵਾਸਤੇ ਹਾਂ? ਤੁਹਾਡੇ ਇਕੱਲੇ ਇਕੱਲੇ ਲੀਡਰ ਨੂੰ ਚੱਕ ਚੱਕ ਕੇ ਉਹ ਅੰਦਰ ਦੇ ਰਹੇ ਨੇ। ਅੱਜ ਤੋਂ 2-3 ਦਿਨ ਪਹਿਲਾਂ ਵਿਜਿੰਦਰ ਸਿੰਗਲੇ ਦੇ ਘਰ ਰੇਡ ਕੀਤਾ, ਉਸ ਤੋਂ ਪਹਿਲਾਂ ਬ੍ਰਹਮ ਮਹਿੰਦਰਾ ਜੀ ਦੇ ਰੇਡ ਕੀਤਾ, ਉਸ ਤੋਂ ਪਹਿਲਾਂ ਬਰਿੰਦਰ ਪਾੜਾ ਸਾਡਾ MLA ਹੈ ਉੱਥੋਂ
ਉਹਦੇ ਤੇ ਵਿਜੀਲੈਂਸ ਪੁੱਛਗਿੱਛ ਕਰ ਰਹੀ ਹੈ। ਉਸ ਤੋਂ ਪਹਿਲਾਂ ਕਿੱਕੀ ਨੂੰ ਐਕਸ ਐਮ ਐਲ ਏ ਫਰੀਦਕੋਟ ਨੂੰ ਫੜ ਕੇ ਅੰਦਰ ਦਿੱਤਾ ਹੋਇਆ। ਮੈਂ ਫਿਰ ਕਹਿਣਾ ਚਾਹੁੰਦਾ ਵਾਂ ਕਿ ਵਿਜੀਲੈਂਸ ਦੀ ਇਨਕੁਆਇਰੀਆਂ ਕਰਪਸ਼ਨ ਦੇ ਖਿਲਾਫ ਜੀ ਸੱਦ ਕੇ ਕਰੋ, ਪਰ ਫਿਰ ਦਿੱਲੀ ਮਤ ਰੋਵੋ। ਔਰ ਇੱਥੇ ਫਿਰ ਉਹ ਜਿਹੜੀ ਜਾਂਚ ਹੈ ਫਿਰ ਸਭ ਤੇ ਬਰਾਬਰ ਹੋਣੀ ਚਾਹੀਦੀ, ਫਿਰ ਕਟਾਰੂ ਚੱਕ ਵੀ ਉਹਦੇ ਸ਼ਾਮਿਲ ਹੋਣਾ ਚਾਹੀਦਾ। ਫਿਰ ਤੁਹਾਡੇ ਜਿਹੜੇ ਐਮ ਐਲ ਏ ਦੇ ਇਲਜ਼ਾਮ ਲੱਗ ਰਹੇ ਨੇ ਭ੍ਰਿਸ਼ਟਾਚਾਰ ਦੇ, ਤੁਹਾਡੇ ਜਿਹੜਾ ਜਲਾਲਾਬਾਦ ਵਾਲਾ ਐਮ ਐਲ ਏ ਸੀਗਾ ਉਹਦਾ ਪਿਓ ਫੜਿਆ ਗਿਆ, ਤੁਹਾਡਾ ਇੱਕ ਅਮਿਤ ਕੋਟਫੱਤਾ ਫੜਿਆ ਗਿਆ, ਫਿਰ ਤੁਹਾਡੇ ਹੋਰ ਐਮ ਐਲ ਏ ਦੇ ਉੱਤੇ ਜਿਹੜੇ ਮਿਸਕੰਡਕਟ ਦੇ ਅਤੇ ਗਲਤ ਗੱਲਾਂ ਦੇ ਇਲਜ਼ਾਮ ਲੱਗ ਰਹੇ ਨੇ, ਫਿਰ ਉਹਨਾਂ ਦੀ ਵੀ ਪ੍ਰੋਪਰ ਵਿਜੀਲੈਂਸ ਦੀ ਹੀ ਜਾਂਚ ਹੋਣੀ ਚਾਹੀਦੀ। ਇਹ ਨਹੀਂ ਕਿ ਵਿਜੀਲੈਂਸ ਸਿਰਫ ਵਿਰੋਧੀਆਂ ਦੇ ਉੱਤੇ ਜਿਹੜੀ ਹੈ ਉਹ ਹਮਲੇ ਕਰਨ ਵਾਸਤੇ ਤੁਸੀਂ ਰੱਖੀ ਆ। ਉਮੀਦ ਕਰਦਾ ਵਾਂ ਕਿ ਗੱਲਾਂ ਜਿਹੜੀਆਂ ਮੈਂ ਕੀਤੀਆਂ ਪਬਲਿਕ ਡੋਮੇਨ 'ਚ, ਇਹ ਅਗਰ ਤੁਸੀਂ ਠੀਕ ਸਮਝਦੇ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ। ਔਰ ਮੇਰੀ ਫਿਰ ਚੀਫ ਮਿਨਿਸਟਰ ਨੂੰ ਫਰਿਆਦ ਹੈ ਕਿ ਪਲੀਜ਼ ਟਰਾਈ ਟੂ ਬੀ ਫੇਅਰ ਇਨ ਯੋਰ ਫੰਕਸ਼ਨਿੰਗ ਐਂਡ ਪਲੀਜ਼ ਬੀ ਟਰਾਂਸਪੇਰੈਂਟ ਐਂਡ ਅਕਾਊਂਟੇਬਲ ਟੂ ਦਾ ਪੀਪਲ ਆਫ ਪੰਜਾਬ। ਇਹ ਨਹੀਂ ਕਿ ਦੂਜੇ ਲੀਡਰਾਂ ਵਾਂਗੂ ਆਪਾਂ ਸਿਰਫ ਇੱਕ ਤਰਫੋਂ ਹੀ ਗੱਲ ਕਰਕੇ ਅਤੇ ਆਪਾਂ ਚਲੇ ਜਾਂਦੇ ਅਤੇ ਪ੍ਰੈਸ ਦੇ ਬਣਦੇ ਸਵਾਲਾਂ ਦਾ ਅੱਜ ਤੱਕ ਆਪਾਂ ਸਹੀ ਜਵਾਬ ਨਹੀਂ ਦਿੰਦੇ। ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ।